प्रिंस नूं मैं तां जी बचपन तो जानदा, उन्हां दे पहला जदों रेडीमेड दा काम करदे सीगे उदों तों वी जानदा मैं उन्हां नूं। ਫਿਲਮਾਂ 'ਚ ਤਾਂ ਐਂ ਲੱਗਦਾ ਵੀ ਗੋਲੀਆਂ ਚਲਾਉਂਦੇ ਨੇ, ਰੁੱਖਾ ਲੱਗਦਾ ਸੁਭਾਅ, ਨਿੱਜੀ ਜ਼ਿੰਦਗੀ 'ਚ ਨਹੀਂ ਜੀ, ਨਿੱਜੀ ਜ਼ਿੰਦਗੀ 'ਚ ਇਹੋ ਜਿਹਾ ਕੋਈ ਨਹੀਂ ਹੈ। ਅੱਜ ਵੀ ਤੁਹਾਨੂੰ ਦੱਸਿਆ ਨਾ, ਮੈਂ ਹੁਣ ਵੀ ਮਿਲਦੇ ਹਾਂ ਨਾ ਅਸੀਂ, ਨਾਲੇ ਉਹ ਤਾਂ ਹੁਣ ਬਹੁਤ ਸਟਾਰ ਬਣ ਗਏ, ਫਿਰ ਵੀ ਉਹ ਵੀ ਮਿਲਦੇ ਜੀ, ਉੱਦਾਂ ਹੀ ਮਿਲਦੇ ਆ ਜੀ। ਦੋਸਤੋ ਸਤਿ ਸ਼੍ਰੀ ਅਕਾਲ, ਤੁਸੀਂ ਦੇਖ ਰਹੇ ਹੋ ਬੋਲੀ ਹੌਲੀ ਬਾਬਾ ਅਤੇ ਮੈਂ ਹਾਂ ਜਗਦੀਪ ਸਿੰਘ। ਹਮੇਸ਼ਾ ਦੀ ਤਰ੍ਹਾਂ ਅੱਜ ਪਹੁੰਚੇ ਇੱਕ ਹੋਰ ਉੱਗੇ ਫਿਲਮ ਸਟਾਰ ਦੇ ਘਰ, ਜਿਨ੍ਹਾਂ ਨੂੰ ਜੇ ਕਹਿ ਦਈਏ ਆਪਾਂ ਫਿਲਮਾਂ ਦੀ ਦੁਨੀਆ ਦੇ ਵਿੱਚ ਪ੍ਰਸਿੱਧੀ ਹੈ ਜਿਹੜੀ ਥੋੜ੍ਹੀ ਜਿਹੀ ਲੇਟ ਹਾਸਲ ਹੋਈ ਹੈ, ਪਰ ਜਦੋਂ ਹੋਈ ਹੈ ਤਾਂ ਉਹਨਾਂ ਨੇ ਕਮਾਲ ਕਰ ਦਿੱਤੀ। ਗੱਲ ਕਰ ਲਈਏ ਵਾਰਨਿੰਗ ਮੂਵੀ ਦੀ। ਵਾਰਨਿੰਗ ਮੂਵੀ ਦੇ ਵਿੱਚ ਇੱਕ ਪੰਮਾ ਕਰੈਕਟਰ ਸਾਹਮਣੇ ਆਉਂਦਾ ਹੈ ਜਿਹੜਾ ਕਿ ਤਰਥੱਲੀ ਮਚਾ ਦਿੰਦਾ ਹੈ, ਪੰਜਾਬੀ ਭਾਈਚਾਰੇ ਵੱਲੋਂ ਲੋਕਾਂ ਵੱਲੋਂ ਬਹੁਤ ਜ਼ਿਆਦਾ ਪਸੰਦ ਕੀਤਾ ਜਾਂਦਾ ਹੈ। ਪਹਿਲਾਂ ਫਿਲਮਾਂ ਦੇ ਵਿੱਚ ਵੀ ਉਹਨਾਂ ਨੂੰ ਰੋਲ ਨੇ ਜਿਹੜੇ ਮਿਲਦੇ ਰਹੇ ਨੇ, ਪਰ ਜਦੋਂ ਵਾਰਨਿੰਗ ਮੂਵੀ ਬਣੀ ਉਸ ਦੇ ਵਿੱਚ ਉਹਨਾਂ ਦੇ ਰੋਲ ਨੂੰ ਜਿਹੜਾ ਬਹੁਤ ਜ਼ਿਆਦਾ ਪਸੰਦ ਕੀਤਾ ਗਿਆ। ਅਤੇ ਅੱਜ ਅਸੀਂ ਪਹੁੰਚੇ ਹਾਂ ਉਹਨਾਂ ਦੇ ਪਿੰਡ ਕੋਟਕਪੂਰਾ ਵਿਖੇ, ਕੋਟਕਪੂਰਾ ਸ਼ਹਿਰ ਵਿੱਚ, ਅਤੇ ਇਸ ਸਮੇਂ ਖੜ੍ਹੇ ਅਸੀਂ ਉਹਨਾਂ ਦੇ ਘਰ ਦੇ ਵਿੱਚ। ਉਹਨਾਂ ਦੇ ਬਚਪਨ ਦੀਆਂ ਯਾਦਾਂ ਤਾਜ਼ੀਆਂ ਕਰਾਂਗੇ, ਅਤੇ ਉਹਨਾਂ ਦੇ ਬਚਪਨ ਦਾ ਸਾਰਾ ਕਰੀਅਰ ਸੀ ਜਿਹੜਾ ਫਿਲਮੀ ਕਰੀਅਰ, ਉਹਦੇ ਬਾਰੇ ਵੀ ਉਹਨਾਂ ਦੇ ਭਰਾ ਨਾਲ ਗੱਲਬਾਤ ਕਰਾਂਗੇ, ਅਤੇ ਹੋਰ ਵੀ ਸੱਜਣਾਂ ਨਾਲ ਗੱਲਬਾਤ ਕਰਾਂਗੇ। ਆ ਜਾਓ ਲੈ ਚੱਲਦੇ ਤੁਹਾਨੂੰ ਘਰ ਦੇ ਅੰਦਰ। ਹੁਣ ਅਸੀਂ ਖੜ੍ਹੇ ਹਾਂ ਉਸੀ ਦੁਕਾਨ ਦੇ ਵਿੱਚ ਜਿਹਦਾ ਪ੍ਰਿੰਸ ਯਾਨੀ ਕਿ ਕਮਲਜੀਤ ਜੀ ਅਕਸਰ ਜ਼ਿਕਰ ਕਰਦੇ ਨੇ ਕਿ ਉਹਨਾਂ ਨੇ ਪਹਿਲਾਂ ਕੱਪੜੇ ਦਾ ਕੰਮ ਜਿਹੜਾ ਸ਼ੁਰੂ ਕੀਤਾ ਸੀ, ਇਹ ਉਹੀ ਦੁਕਾਨ ਹੈਗੀ, ਅਤੇ ਇੱਥੇ ਹੁਣ ਟੇਲਰ ਨੇ ਜਿਹੜੇ ਉਹ ਆਪਣਾ ਕੰਮ ਕਰ ਰਹੇ ਨੇ। ਇਹਨਾਂ ਨਾਲ ਕਰਦੇ ਹਾਂ ਗੱਲਬਾਤ। ਹਾਂਜੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਹੋਰ ਕੀ ਹਾਲ ਚਾਲ ਨੇ? ਬਹੁਤ ਵਧੀਆ ਜੀ। ਕਿੱਦਾਂ ਚੱਲਦਾ ਜੀ ਕੰਮ? ਬਹੁਤ ਵਧੀਆ ਕੰਮ ਕਰ ਸਕੇਗਾ ਜੀ। ਤੁਸੀਂ ਪ੍ਰਿੰਸ ਕਮਲਜੀਤ ਤੋਂ ਅੱਗੇ ਇਹ ਦੁਕਾਨ ਇੱਥੇ ਲਈ ਸੀ? ਹਾਂਜੀ, ਅਸੀਂ ਇੱਥੇ ਤੁਹਾਨੂੰ ਮਿਲਦੇ ਰਹਿੰਦੇ? ਹਾਂਜੀ, ਆਉਂਦੇ ਰਹਿੰਦੇ, ਹੁਣ ਬ੍ਰਦਰ ਵੀ ਆਉਂਦੇ, ਆਪ ਵੀ ਆਉਂਦੇ। ਠੀਕ ਹੈ ਜੀ। ਹਾਂਜੀ, ਤੁਸੀਂ ਤਾਂ ਜਿਵੇਂ ਉਹਨਾਂ ਦੇ ਸੁਭਾਅ ਦੀ ਗੱਲ ਕਰ ਲਈ, ਕਿੱਦਾਂ ਦਾ ਸੁਭਾਅ ਹੈਗਾ ਫਿਲਮਾਂ ਦੇ ਵਿੱਚ ਤਾਂ ਜਿਵੇਂ ਹੁਣ ਵਾਰਨਿੰਗ ਮੂਵੀ ਆਈ ਸੀ ਉਹ 'ਚ ਤਾਂ ਬੜਾ ਰੁੱਖਾ ਸੁਭਾਅ ਦਿਸਦਾ, ਉਹ ਕਿੱਦਾਂ ਦਾ? ਨਹੀਂ, ਬਹੁਤ ਵਧੀਆ ਸੁਭਾਅ, ਬਹੁਤ ਮਿਲਣਸਾਰ ਆਦਮੀ, ਬਹੁਤ ਚੰਗੇ ਸੁਭਾਅ ਦੇ ਜੀ, ਬਹੁਤ ਇਨਸਾਨ, ਚੰਗੇ ਇਨਸਾਨ ਜੀ। ਕਿੰਨਾ ਸਮਾਂ ਹੋ ਗਿਆ ਤੁਹਾਨੂੰ ਉਹਨਾਂ ਨੂੰ ਇਹ ਕੰਮ ਇੱਥੋਂ ਦੁਕਾਨ ਛੱਡ ਕੇ ਅਤੇ ਤੁਹਾਨੂੰ ਕੰਮ ਸ਼ੁਰੂ ਕਰਿਆ ਨੂੰ? ਸਾਨੂੰ ਸਾਲ ਕੁ ਹੋ ਗਿਆ ਜੀ। ਜੀ ਹਾਂਜੀ, ਉਹਨਾਂ ਨੂੰ ਸਾਲ ਕੁ, ਉਹ ਤਾਂ ਪਹਿਲਾਂ ਦੀ ਫਿਲਮ ਲੈਣ ਦੇ ਵਿੱਚ ਆਏ ਹੋਏ, ਪਹਿਲਾਂ ਉਹਨਾਂ ਦੇ ਬ੍ਰਦਰ ਹੁੰਦੇ ਸੀ ਇੱਥੇ। ਅੱਛਾ ਅੱਛਾ ਜੀ, ਅਤੇ ਉਹਨਾਂ ਤੋਂ ਅਗਾਂਹ ਸਾਨੂੰ ਸਾਲ ਹੋ ਗਿਆ ਇੱਥੇ। ਜੀ ਜੀ ਹਾਂਜੀ, ਜਿਵੇਂ ਹੁਣ ਤਾਂ ਚਲੋ ਅੱਜ ਸਾਰੀ ਦੁਨੀਆ ਜਾਣਦੀ ਹੈ ਉਹਨਾਂ ਨੂੰ, ਅਤੇ ਸੁਭਾਅ 'ਚ ਕੋਈ ਫਰਕ ਆਇਆ ਜਾਂ ਉੱਦਾਂ ਹੀ ਮਿਲਦੇ? ਨਹੀਂ ਨਹੀਂ, ਉਵੇਂ ਹੀ ਮਿਲਦੇ ਆ ਜੀ, ਘਰੇ ਕਈ ਵਾਰੀ ਜਾਈਦਾ ਨਾ, ਹੁੰਦੇ ਆ ਘਰੇ, ਬਹੁਤ ਵਧੀਆ ਸੁਭਾਅ, ਉਵੇਂ ਹੀ ਹੈ, ਕੋਈ ਬਲਦਾਰ ਨਹੀਂ। ਜੀ ਹਾਂਜੀ, ਧੰਨਵਾਦ ਜੀ, ਬਾਈ ਨਾਲ ਵੀ ਕਰਦੇ ਹਾਂ ਗੱਲਬਾਤ। ਕੀ ਹਾਲ ਨੇ ਵੀਰ ਦੇ? ਵਧੀਆ ਵੀਰ ਜੀ, ਹੋਰ ਸੁਣਾਓ, ਠੀਕ ਹੋ? ਹਾਂ ਬਹੁਤ ਵਧੀਆ। ਹਾਂਜੀ ਸਰ, ਪ੍ਰਿੰਸ ਜੀ ਨੂੰ ਕਿੰਨਾ ਕੁ ਜਾਣਦੇ ਹੋ? ਪ੍ਰਿੰਸ ਨੂੰ ਮੈਂ ਤਾਂ ਜੀ ਬਚਪਨ ਤੋਂ ਜਾਣਦਾ, ਉਹਨਾਂ ਦੇ ਪਹਿਲਾਂ ਜਦੋਂ ਰੇਡੀਮੇਡ ਦਾ ਕੰਮ ਕਰਦੇ ਸੀਗੇ ਉਦੋਂ ਤੋਂ ਵੀ ਜਾਣਦਾ ਮੈਂ ਉਹਨਾਂ ਨੂੰ। ਕੰਮ ਕਰਦੇ ਸੀ ਜਾਨੀ ਇੱਥੇ? ਰੇਡੀਮੇਡ ਦਾ ਕੰਮ ਸੀ ਉਹਨਾਂ ਦਾ ਕੱਪੜੇ ਦਾ? ਹਾਂਜੀ ਹਾਂਜੀ, ਮੈਂ ਉਦੋਂ ਤੋਂ ਜਾਣਦਾ ਜੀ, ਮੈਂ ਉਦੋਂ ਬਹੁਤ ਛੋਟਾ ਹੁੰਦਾ ਸੀਗਾ ਜਿਵੇਂ ਤੋਂ ਮੈਂ ਜਾਣਦਾ ਪ੍ਰਿੰਸ ਨੂੰ। ਅੱਛਾ ਅੱਛਾ, ਅਤੇ ਬਾਕੀ ਰੇ ਬਾਈ ਦੇ ਸੁਭਾਅ ਦੀ, ਸੁਭਾਅ ਬਹੁਤ ਵਧੀਆ, ਅੱਜ ਵੀ ਮਿਲਦੇ ਆ ਤਾਂ ਬਹੁਤ ਉੱਡ ਕੇ ਮਿਲਦੇ ਆ, ਹੁਣ ਵੀ ਕਈ ਵਾਰ ਜਾਂਦੇ ਹਾਂ ਘਰੇ ਮਿਲਦੇ ਆ ਜਾਂ ਕਿਵੇਂ, ਬੜੇ ਵਧੀਆ ਸੁਭਾਅ ਦੇ ਮਾਰਦੇ। ਅਤੇ ਜਿਵੇਂ ਆਪਾਂ ਨੂੰ ਫਿਲਮਾਂ 'ਚ ਤਾਂ ਐਂ ਲੱਗਦਾ ਵੀ ਗੋਲੀਆਂ ਚਲਾਉਂਦੇ ਨੇ, ਰੁੱਖਾ ਲੱਗਦਾ ਸੁਭਾਅ, ਨਿੱਜੀ ਜ਼ਿੰਦਗੀ 'ਚ? ਨਹੀਂ ਜੀ, ਨਿੱਜੀ ਜ਼ਿੰਦਗੀ 'ਚ ਇਹੋ ਜਿਹਾ ਕੋਈ ਨਹੀਂ ਹੈ। ਅੱਜ ਵੀ ਤੁਹਾਨੂੰ ਦੱਸਿਆ ਨਾ, ਮੈਂ ਹੁਣ ਵੀ ਮਿਲਦੇ ਹਾਂ ਨਾ ਅਸੀਂ, ਨਾਲੇ ਉਹ ਤਾਂ ਹੁਣ ਬਹੁਤ ਸਟਾਰ ਬਣ ਗਏ, ਫਿਰ ਵੀ ਉਹ ਵੀ ਮਿਲਦੇ ਜੀ, ਉੱਦਾਂ ਹੀ ਮਿਲਦੇ ਆ, ਬੜਾ ਵਧੀਆ ਸੁਭਾਅ ਉਹਨਾਂ ਦਾ। ਅਤੇ ਲੋਕ ਜਦੋਂ ਇੱਥੇ ਆਉਂਦੇ ਹੋਣਗੇ ਵੀ ਬਾਈ ਇਹੀ ਪ੍ਰਿੰਸ ਦੀ ਦੁਕਾਨ ਸੀ ਹੈ ਨਾ, ਬਹੁਤ ਕਹਿੰਦੇ ਹੋਣ? ਹਾਂਜੀ ਹਾਂਜੀ, ਬਹੁਤ ਕਹਿੰਦੇ ਆ ਜੀ, ਬੜਾ ਵਧੀਆ ਲੱਗਦਾ ਜਦੋਂ ਕਹਿੰਦੇ ਆ ਬਾਈ ਹਾਂ ਦੱਸੀ ਆ ਬਾਈ ਇਹੀ ਦੁਕਾਨ ਸੀਗੀ ਪ੍ਰਿੰਸ ਦੀ, ਅਤੇ ਹੁਣ ਅਸੀਂ ਲਿੱਤੀ ਬਾਈ। ਜਦੋਂ ਕਿਤੇ ਰਿਸ਼ਤੇਦਾਰੀਆਂ 'ਚ ਜਾਂਦੇ ਹੋਵੋਗੇ ਹੈ ਨਾ, ਉੱਥੇ ਦੱਸਦੇ ਹੋਵੋਗੇ ਪ੍ਰਿੰਸ ਜੀ ਬਾਰੇ, ਕਦੋਂ ਕਿ ਜ਼ਿਕਰ ਹੁੰਦਾ ਹੋਊਗਾ, ਫਿਰ ਕਹਿੰਦੇ ਹੋਣਗੇ ਵੀ ਸਾਡੀ ਫੋਟੋ ਕਰਵਾਇਓ, ਕਿੰਨਾ ਕੁ ਮਾਣ ਮਹਿਸੂਸ? ਬੜਾ ਵਧੀਆ ਲੱਗਦਾ ਜੀ ਜਦੋਂ ਸਾਨੂੰ ਕਹਿੰਦੇ ਆ ਕੋਈ ਯਾਰ ਵੀ ਤੁਸੀਂ ਮਤਲਬ ਕਿ ਵੀ ਆਉਂਦੇ ਆ ਜਦੋਂ ਸਾਨੂੰ ਮਿਲਾਇਓ ਬਾਈ ਜੀ ਨਾਲ, ਯਾਰ ਜਦੋਂ ਤੁਹਾਡੇ ਕੋਲ ਆਉਣਗੇ ਜਾਂ ਕਿਵੇਂ ਸਾਨੂੰ ਜ਼ਰੂਰ ਮਿਲਾਇਓ, ਬੜਾ ਵਧੀਆ ਲੱਗਦਾ। ਦੱਸਦੇ ਵੀ ਆ, ਖੁਦ ਵੀ ਦੱਸਦੇ ਹਾਂ ਵੀ ਅਸੀਂ ਸਾਡੇ ਕੋਲ ਉਹ ਦੁਕਾਨ ਆ ਵੀ ਪ੍ਰਿੰਸ ਕੋਲ ਹੁੰਦੇ ਸੀ। ਜਿਵੇਂ ਉਹਨਾਂ ਦੇ ਅਕਸਰ ਉਹ ਇੰਟਰਵਿਊ 'ਚ ਕਹਿੰਦੇ ਹੁੰਦੇ ਨੇ ਵੀ ਮੈਂ ਆਪਦੇ ਤੋਂ ਛੋਟੇ ਬੱਚਿਆਂ ਨਾਲ ਖੇਡਦਾ ਰਿਹਾ, ਵੀ ਗੋਲੀਆਂ ਖੇਡਦਾ ਰਿਹਾ, ਮੈਂ 25 ਸਾਲ ਦੀ ਉਮਰ ਤੱਕ ਤਾਂ ਕੰਚ ਦੀਆਂ ਗੋਲੀਆਂ ਖੇਡਦਾ ਰਿਹਾ, ਕਿੱਦਾਂ ਇਹ ਤਾਂ ਬਚਪਨ ਇੱਦਾਂ ਹੀ? ਇਹ ਬਿਲਕੁਲ ਸਹੀ ਗੱਲ ਹੈ ਜੀ, ਉਹ ਬਾਈ ਜੀ ਇੱਥੇ ਸਾਡੇ ਨਾਲ ਹੀ ਰਹਿੰਦੇ ਰਹੇ, ਅਸੀਂ ਮੈਂ ਤੁਹਾਨੂੰ ਦੱਸਿਆ ਨਾ ਵੀ ਮੈਂ ਉਹਨਾਂ ਨੂੰ ਕਾਫੀ ਟਾਈਮ ਤੋਂ ਜਾਣਦਾ, ਮੈਂ ਤਾਂ ਉਦੋਂ ਛੋਟਾ ਹੁੰਦਾ ਸੀਗਾ, ਉਦੋਂ ਵੀ ਬਾਈ ਕੋਲ ਆਉਂਦੇ ਜਾਂਦੇ ਸੀ ਅਸੀਂ, ਪਹਿਲਾਂ ਜਦੋਂ ਰੇਡੀਮੇਡ ਦਾ ਕੰਮ ਹੁੰਦਾ ਸੀ ਖੁਦ ਲੈ ਕੇ ਜਾਂਦੇ ਰਹੇ ਉਹਨਾਂ ਕੋਲ ਰੇਡੀਮੇਡ ਕੱਪੜੇ। ਅੱਛਾ ਅੱਛਾ, ਕਿਵੇਂ ਰੇਟ ਰੂਟ ਠੀਕ ਲਾਉਂਦੇ ਸੀ ਬਾਈ? ਹਾਂ ਵਧੀਆ ਜੀ, ਵਧੀਆ ਰੇਟ, ਬਹੁਤ ਵਧੀਆ ਜੀ। ਅੱਛਾ, ਉਹਨਾਂ ਨੇ ਇਹ ਕੰਮ ਦੇ ਵਿੱਚ ਉਹ ਦੱਸਦੇ ਹੁੰਦੇ ਨੇ ਕਿ ਮੈਂ ਤਰੱਕੀ ਵੀ ਬਹੁਤ ਕਰੀ, ਜੇ 7-8 ਸਾਲ ਲਾਏ ਨੇ ਪਰਮਾਤਮਾ ਦੀ ਕਿਰਪਾ ਨਾਲ, ਤਰੱਕੀ ਵੀ ਬਹੁਤ ਕਰੀ। ਹਾਂਜੀ, ਪਹਿਲਾਂ ਉਹਨਾਂ ਦੀ ਪਿੱਛੇ ਦੁਕਾਨ ਹੁੰਦੀ ਸੀ ਇੱਕ ਛੋਟੀ ਸੀ ਦੁਕਾਨ ਉਹ, ਉਸ ਤੋਂ ਬਾਅਦ ਇਹ ਖੁਦ ਦਾ ਇਹਨਾਂ ਨੇ ਇਹ ਲਿੱਤਾ ਸੀ, ਸ਼ੋਰੂਮ ਕੀਤਾ ਸੀਗਾ। ਅੱਛਾ ਅੱਛਾ, ਉਹਨਾਂ ਤੋਂ ਉੱਥੋਂ ਸਟਾਰਟ ਕੀਤਾ।
ਹੁੰਦਾ ਸੀ ਬਾਈ ਨਾਲ ਰਿਲੇਸ਼ਨ ਬਹੁਤ ਆ ਹੁਣ ਵੀ ਇੱਥੇ ਵੀ ਸ਼ਹਿਰ ਦੇ ਵਿੱਚ ਬੜਾ ਮਾਣ ਆ ਸਾਨੂੰ ਬਾਈ 'ਤੇ ਸਾਨੂੰ ਸਾਡੇ ਸ਼ਹਿਰ ਦੀ ਬਦਲ ਕੇ ਨਾ ਇੰਨਾ ਮਾਣ ਆ ਵੀ ਸਾਡੇ ਸ਼ਹਿਰ ਦਾ ਬੰਦਾ ਜਦੋਂ ਕਿਤੇ ਫਿਲਮਾਂ 'ਚ ਆਉਂਦਾ ਹੈਗਾ ਤਾਂ ਐਂ ਲੱਗਦਾ ਵੀ ਹਾਂ ਆਪਣਾ ਹੀ ਹੈ ਹਾਂ ਸਹੀ ਗੱਲ ਹੈ ਜੀ ਤਾਂ ਹੀ ਲੱਗਦਾ ਵੀ ਆਪਣਾ ਹੀ ਹੈ ਬਾਈ ਦੀ ਬਾਕੀ ਕੋਈ ਵੀ ਚੀਜ਼ ਹੁੰਦੀ ਹੈ ਜਾਂ ਐਪੀਸੋਡ ਆਏ ਪਹਿਲਾਂ ਵਾਰਨਿੰਗ ਅਸੀਂ ਬੜੀ ਉਡੀਕ ਨਾਲ ਉਡੀਕੀ ਜਾਂਦੇ ਸੀਗੇ ਇਹਨਾਂ ਨੂੰ ਵੀ ਫਿਲਮ ਕਦੋਂ ਆਊਗੀ ਜਦੋਂ ਮਿਲਦੇ ਸੀ ਨਾ ਬਾਈ ਜੀ ਉਹਨਾਂ ਦੇ ਵੱਡੇ ਬ੍ਰਦਰ ਜਾਂ ਵਿੱਕੀ ਬ੍ਰਦਰ ਉਹਨਾਂ ਨੂੰ ਪੁੱਛਦੇ ਸੀ ਬਾਈ ਜੀ ਤਾਂ ਹੁਣ ਕਾਫੀ ਟਾਈਮ ਤੋਂ ਉੱਧਰ ਬਿਜ਼ੀ ਸੀਗੇ ਜਦੋਂ ਵਾਰਨਿੰਗ ਬਣਾ ਕੇ ਅਤੇ ਉਹਨਾਂ ਨੂੰ ਹੁਣ ਵੀ ਪੁੱਛਦੇ ਹੁਣ ਫਿਰ ਉਹਨਾਂ ਦੀ ਕਹਿੰਦੇ ਫਿਲਮ ਇੱਕ ਹੋਰ ਆ ਰਹੀ ਹੈ ਬਾਈ ਜੀ ਨਾਲ ਪਿੱਛੇ ਇਹ ਗੱਲ ਹੋਈ ਮੇਰੀ ਉਹ ਕਹਿੰਦੇ ਹੁਣ ਫਿਰ ਆ ਰਹੀ ਹੈ ਕਹਿੰਦਾ ਬਾਈ ਜੀ ਬਾਈ ਜੀ ਦੱਸ ਦਿੰਦੇ ਨੇ ਕਿ ਪਹਿਲਾਂ ਨਾਟਕ ਕਰਦੇ ਸੀ ਤੁਸੀਂ ਦੇਖੇ ਨੇ ਉਹਨਾਂ ਦੇ ਨਾਟਕ ਹਾਂਜੀ ਪਹਿਲਾਂ ਮੈਂ ਇਹਨਾਂ ਦੀ ਜਿਵੇਂ ਐਪੀਸੋਡ ਆਇਆ ਜਾਂ ਕਿਵੇਂ ਉਹ ਜਾਂ ਲੋਕਲੀ ਕੋਈ ਮਾੜਾ ਮੋਟਾ ਕਰਦੇ ਸੀ ਸਾਰਾ ਕੁਛ ਤੋਂ ਜਾਣਦੇ ਸੀ ਉਹਨਾਂ ਨੂੰ ਕਿੰਨੇ ਭੈਣ ਭਾਈ ਨੇ ਪ੍ਰਿੰਸ ਜੀ ਦੋ ਬ੍ਰਦਰ ਹੈ ਜੀ ਇਹਨਾਂ ਨੂੰ ਮੈਨੂੰ ਪਤਾ ਵੀ ਦੋ ਬ੍ਰਦਰ ਹੈ ਹੋਰ ਨਹੀਂ ਮੈਨੂੰ ਪਤਾ ਸਿਸਟਰ ਦਾ ਨਹੀਂ ਪਤਾ ਗਾ ਦੂਸਰੇ ਵੱਡੇ ਨੇ ਹਾਂਜੀ ਦੂਸਰੇ ਵੱਡੇ ਹੈ ਠੀਕ ਹੈ ਜੀ ਅਤੇ ਉਹ ਵੀ ਆਉਂਦੇ ਜਾਂਦੇ ਹੋਣਗੇ ਆਉਂਦੇ ਜਾਂਦੇ ਜੀ ਮੇਰੇ ਕੋਲ ਆਉਂਦੇ ਜਾਂਦੇ ਆ ਉਹ ਤਾਂ ਥੋੜ੍ਹੇ ਦਿਨਾਂ ਬਾਅਦ 10-15 ਦਿਨਾਂ ਬਾਅਦ ਮੇਰੇ ਕੋਲ ਆ ਜਾਂਦੇ ਦੱਸ ਠੀਕ ਹੈ ਅਤੇ ਇਹਨਾਂ ਦਾ ਕੰਮਕਾਰ ਪਹਿਲਾਂ ਕੀ ਸੀਗਾ ਜਿਵੇਂ ਐਕਟਿੰਗ ਦੀ ਲਾਈਨ ਸ਼ੁਰੂ ਕਰਨ ਤੋਂ ਪਹਿਲਾਂ ਵੀ ਮਤਲਬ ਕਿ ਵੀ ਤੁਸੀਂ ਕੱਪੜੇ ਦੀ ਦੁਕਾਨ ਸੀ ਅਤੇ ਘਰ ਦਾ ਵੀ ਕਿੱਦਾਂ ਸੀ ਮਾਹੌਲ ਵੀ ਕੀ ਸ਼ੁਰੂਆਤੀ ਦੌਰ ਸ਼ੁਰੂਆਤੀ ਤੌਰ 'ਤੇ ਮਤਲਬ ਕਿ ਪ੍ਰਿੰਸ ਵੀਰੇ ਤਾਂ ਸਟਾਰਟਿੰਗ ਤੋਂ ਹੀ ਇਹਨਾਂ ਦੇ ਇਸੇ ਲਾਈਨ 'ਚ ਹੀ ਜ਼ਿਆਦਾਤਰ ਪਹਿਲਾਂ ਤਾਂ ਰੈਡੀਮੇਡ ਦਾ ਕੰਮ ਹੁੰਦਾ ਸੀਗਾ ਨਾਲ ਇਹਨਾਂ ਦਾ ਮਾਡਲਿੰਗ ਦਾ ਸ਼ੌਂਕ ਰਿਹਾ ਇਹਨਾਂ ਨੂੰ ਨਾਲ ਨਾਲ ਇਹ ਕਰਦੇ ਰਹੇ ਆ ਮਾਡਲਿੰਗ ਦੇ ਵਿੱਚ ਵੀ ਕੁਛ ਨਾ ਕੁਛ ਅਤੇ ਚੱਲ ਬਹੁਤ ਵਧੀਆ ਲੱਗਿਆ ਵੀ ਹੁਣ ਜਿਹੜਾ ਇੱਥੋਂ ਤੀਕਰ ਪਹੁੰਚ ਗਏ ਬਾਈ ਪਿੰਡ ਲੋਕਾਂ ਲੋਕ ਤਾਂ ਪ੍ਰਿੰਸ ਕਮਲਜੀਤ ਕਹਿੰਦੇ ਨੇ ਜਾਂ ਹੁਣ ਤਾਂ ਪੰਮੇ ਦੇ ਨਾਮ ਨਾਲ ਜ਼ਿਆਦਾ ਮਸ਼ਹੂਰ ਹੋਇਆ ਬਾਈ ਪੰਮੇ ਦੇ ਨਾਮ ਨਾਲ ਉਹਨਾਂ ਦਾ ਇੱਕ ਜਿਹੜਾ ਕਰੈਕਟਰ ਆ ਬਹੁਤ ਜ਼ਿਆਦਾ ਪਸੰਦ ਕੀਤਾ ਗਿਆ ਲੋਕ ਕੀ ਕਹਿੰਦੇ ਨੇ ਪਿੰਡ ਦੇ ਲੋਕ ਤੁਸੀਂ ਕੀ ਕਹਿ ਕੇ ਬੁਲਾਉਣਾ ਬਾਈ ਅਸੀਂ ਤਾਂ ਪ੍ਰਿੰਸ ਦੇ ਨਾਂ ਤੋਂ ਹੀ ਕਹਿੰਦੇ ਸੀ ਪ੍ਰਿੰਸ ਵੀਰੇ ਨੂੰ ਕਿਹਾ ਪ੍ਰਿੰਸ ਵੀਰਾ ਪ੍ਰਿੰਸ ਦੇ ਨਾਂ ਤੋਂ ਵੀ ਹੁਣ ਤਾਂ ਪ੍ਰਿੰਸ ਕਮਲਜੀਤ ਤਾਂ ਥੋੜ੍ਹਾ ਲੰਬਾ ਹੁੰਦਾ ਪਰ ਅਸੀਂ ਪ੍ਰਿੰਸ ਦੇ ਨਾਂ ਤੋਂ ਹੀ ਕਹਿੰਦੇ ਸੀ ਬਾਈ ਜੀ ਬਹੁਤ ਬਹੁਤ ਧੰਨਵਾਦ ਵੀਰੇ ਥੈਂਕ ਯੂ ਥੈਂਕ ਯੂ ਕੀ ਹਾਲ ਨੇ ਜੀ ਵਧੀਆ ਬਾਈ ਜੀ ਪ੍ਰਿੰਸ ਕਮਲਜੀਤ ਨੂੰ ਜਾਣਦੇ ਸੀ ਹਾਂਜੀ ਕਿੰਨਾ ਕੁ ਚੰਗੀ ਤਰ੍ਹਾਂ ਜਾਣਦੇ ਸੀ ਜਦੋਂ ਦੁਕਾਨ ਖੋਲੀ ਉਹਨਾਂ ਨੇ ਉਦੋਂ ਤੋਂ ਜਾਣਦੇ ਸੀ ਅੱਛਾ ਕਿੱਦਾਂ ਦਾ ਕੀ ਮੇਰੇ ਰਿਲੇਸ਼ਨ ਬਣਿਆ ਤੁਹਾਡਾ ਉਹਨਾਂ ਨਾਲ ਇਹ ਦੁਕਾਨ ਲਈ ਚਾਹ ਚੂਹ ਪਿਆ ਨਹੀਂ ਚਲੋ ਵਧੀਆ ਬੰਦਾ ਸੀਗਾ ਬਹੁਤ ਵਧੀਆ ਅੱਛਾ ਜਾਣੀ ਚਾਹ ਦਾ ਆਰਡਰ ਤੁਹਾਡੇ ਕੋਲ ਜਾਂਦਾ ਸੀ ਹਾਂਜੀ ਠੀਕ ਹੈ ਬੰਦੇ ਬਹੁਤ ਹੁੰਦੇ ਸੀ ਉਹਦੇ ਕੈਰੈਕਟਰ ਜੇ ਬਚਾਅ ਚੂਹ ਵੀ ਨਾ ਕੱਪੜੇ ਕੁਪੜੇ ਸਾਰੇ ਉਹਦੇ ਕੋਲ ਹੀ ਆਉਂਦੇ ਸੀ ਬਾਈ ਮਿਲਦਾ ਸੀ ਸਭ ਨੂੰ ਹੱਸ ਕੇ ਹਾਂਜੀ ਹਾਂਜੀ ਉਹ ਦਿਨ 2 ਸਾਲ ਪਹਿਲਾਂ ਇੱਥੇ ਮਿਲ ਕੇ ਗਿਆ ਤੁਹਾਨੂੰ ਆਇਆ ਸੀਗਾ ਅੱਛਾ ਜੀ ਜਦੋਂ ਫਿਰ ਘਰੇ ਜਾਂਦੇ ਹਾਂ ਅਸੀਂ ਤੇ ਬੜਾ ਵੀ ਮਾਣ ਆਦਰ ਕਰਦੇ ਆ ਭੱਜ ਕੇ ਆ ਕੇ ਮਿਲਦੇ ਆ ਨਹੀਂ ਤਾਂ ਅਗਲਾ ਇੰਨਾ ਨਹੀਂ ਕੋਈ ਕਰਦਾ ਅਗਲਾ ਕਹਿੰਦਾ ਦੁਕਾਨ ਦਿੱਤੀ ਯਾਨੀ ਕੋਈ ਐਡੀ ਐਕਟਰ ਵਾਲੀ ਗੱਲ ਆਈ ਨਹੀਂ 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 ਜਮਾ ਹੀ ਨਹੀਂ ਜੀ ਕਦੇ ਵੀ ਨਹੀਂ ਪੂਰਾ ਮਾਣ ਆਦਰ ਹਾਂਜੀ ਪੂਰਾ ਜੱਜ ਕੇ ਕਰਦੇ ਆ ਵੀ ਠੀਕ ਆ ਸਾਡੇ ਘਰੇ ਆਏ ਚੱਲ ਜੀ ਜੀ ਹਾਂਜੀ ਦੋਸਤੋ ਇਹ ਤਾਂ ਸੁਣਿਆ ਤੁਸੀਂ ਪ੍ਰਿੰਸ ਕਮਲਜੀਤ ਉਰਫ ਪੰਮਾ ਜੀ ਦੇ ਸ਼ਹਿਰ ਦੇ ਲੋਕਾਂ ਦੀਆਂ ਗੱਲਾਂ ਬਾਤਾਂ ਉਹਨਾਂ ਦੇ ਦੁਕਾਨ ਦੇ ਵਿੱਚ ਜਿੱਥੇ ਉਹਨਾਂ ਦੇ ਸੱਜਣ ਮਿੱਤਰ ਨੇ ਜਾਣ ਜਿੱਥੇ ਵੀ ਉਹਨਾਂ ਦਾ ਰਿਲੇਸ਼ਨ ਰਿਹਾ ਉਹਨਾਂ ਨੇ ਉਹਨਾਂ ਦੇ ਬਾਰੇ ਦੱਸਿਆ ਸੋ ਦੋਸਤੋ ਤੁਹਾਨੂੰ ਵੀਡੀਓ ਕਿੱਦਾਂ ਦੀ ਲੱਗੀ ਕਮੈਂਟ ਕਰਕੇ ਜ਼ਰੂਰ ਦੱਸੋ ਜੇਕਰ ਤੁਹਾਨੂੰ ਵੀ ਪੰਮਾ ਜੀ ਦੀ ਐਕਟਿੰਗ ਪੰਮਾ ਵੀਰ ਦੀ ਐਕਟਿੰਗ ਚੰਗੀ ਲੱਗਦੀ ਹੈ ਤਾਂ ਵੀ ਕਮੈਂਟ ਕਰਿਓ ਵੀਡੀਓ ਲਾਈਕ ਤੋਂ ਸ਼ੇਅਰ ਕਰਿਓ ਅਤੇ ਬੋਲੀ ਹੌਲੀ ਬਾਬਾ ਚੈਨਲ ਨੂੰ ਸਬਸਕ੍ਰਾਈਬ ਕਰਿਓ ਹੁਣ ਦਿਓ ਮੈਨੂੰ ਇਜਾਜ਼ਤ ਸਤਿ ਸ਼੍ਰੀ ਅਕਾਲ